ਅਸਲਾਮੁਆਲਿਕ ਨਾਜ਼ਰੀਨ ਤੁਸੀਂ ਦੇਖ ਰਹੇ ਹੋ ਜ਼ਿੰਮੇਦਾਰ ਐਗਰੀ ਸਰਵਿਸਿਜ਼ ਔਰ ਮੈਂ ਹਸਨੈਨ ਰਜ਼ਾ ਅੱਜ ਦੀ ਵੀਡੀਓ ਸਾਡੀ ਧਾਨ ਦੇ ਹਵਾਲੇ ਨਾਲ ਹੈ ਕਿ ਮਜਬੂਰਨ ਕਿਸੇ ਜ਼ਿੰਮੇਦਾਰ ਨੇ ਅਗਰ ਐਸੇ ਰਕਵੇ ਦੇ ਵਿੱਚ ਧਾਨ ਦੀ ਫਸਲ ਲਗਾ ਦਿੱਤੀ ਹੈ ਜਿਹਦੇ ਵਿੱਚ ਪਾਣੀ ਖੜਾ ਨਹੀਂ ਹੁੰਦਾ ਪਾਣੀ ਠਹਿਰਦਾ ਨਹੀਂ ਉਹਦੇ ਮਸਲੇ ਉਸ ਮਸਲੇ ਦਾ ਅਸੀਂ ਹੱਲ ਅੱਜ ਲੈ ਕੇ ਹਾਜ਼ਰ ਹੋਏ ਹਾਂ ਕਿ ਅਸੀਂ ਉਸ ਪਾਣੀ ਨੂੰ ਕਿਸ ਤਰ੍ਹਾਂ ਇਹ ਕੜ ਦੇ ਵਿੱਚ ਖੜਾ ਕਰ ਸਕਦੇ ਹਾਂ ਆਪਣੇ ਪਾਣੀ ਦੀ ਬਚਤ ਕਿਸ ਤਰ੍ਹਾਂ ਕਰ ਸਕਦੇ ਹਾਂ ਕਿਉਂਕਿ ਪਾਣੀ ਤੋਂ ਬਿਨਾਂ ਮੂੰਜੀ ਦੀ ਫਸਲ ਨਹੀਂ ਪੱਕਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਜੀ ਰਿਕਵੈਸਟ ਹੈ ਜ਼ਿੰਮੇਦਾਰ ਭਾਈਆਂ ਨੂੰ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟਿਸ ਤੁਹਾਡੇ ਤੱਕ ਪਹੁੰਚਦਾ ਰਹੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਇਹਦਾ ਹੱਲ ਅਸੀਂ ਅੱਜ ਦੱਸਾਂਗੇ ਹੱਲ ਇਹ ਹੈ ਕਿ ਤੁਸੀਂ ਇੱਕ ਡਰਮ ਲੈਣਾ ਹੈ ਪਲਾਸਟਿਕ ਦਾ ਜਿਸ ਨੂੰ ਟੂਟੀ ਲੱਗੀ ਹੋਵੇ 3/4 ਉਹਦੇ ਵਿੱਚ ਪਾਣੀ ਪਾਣਾ ਹੈ ਮਤਲਬ 150 ਲੀਟਰ ਪਾਣੀ ਬਣੇਗਾ 150 ਲੀਟਰ ਪਾਣੀ ਦੇ ਵਿੱਚ ਤੁਸੀਂ 50 ਕਿਜੀ ਡੀਏਪ ਪਾਣੀ ਹੈ ਇੱਕ ਬੈਗ ਡੀਏਪ ਦਾ ਪਾਣਾ ਉਸ ਤੋਂ ਬਾਅਦ ਗੰਧਕ ਤਜ਼ਾਬ ਆਮ ਮਾਰਕੀਟ ਦੇ ਵਿੱਚੋਂ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਪੰਸਾਰੀ ਤੋਂ ਮਿਲ ਜਾਂਦਾ ਗੰਧਕ ਤਜ਼ਾਬ 20 ਕਿਲੋ ਪਾਣਾ ਹੈ ਗੰਧਕ ਤਜ਼ਾਬ ਇਹਨਾਂ ਦੋਹਾਂ ਚੀਜ਼ਾਂ ਨੂੰ ਜਦੋਂ ਪਾਣੀ ਦੇ ਵਿੱਚ ਤੁਸੀਂ ਹੱਲ ਕਰੋਗੇ ਤੇ ਕਿਸੇ ਡੰਡੇ ਦੀ ਮਦਦ ਨਾਲ ਤੁਸੀਂ ਅੱਛੇ ਤਰੀਕੇ ਨਾਲ ਇਹਦਾ ਇੱਕ ਮਹਲੂਲ ਬਣਾ ਲੈਣਾ ਇਹਨੂੰ ਹੱਲ ਕਰ ਲੋਗੇ ਇਹ ਦੋ ਚੀਜ਼ਾਂ ਇੱਕ ਤਜ਼ਾਬੀ ਹੈ ਇੱਕ ਖਸਾਸੀ ਹੈ ਦੋਨੋਂ ਮਿਲ ਕੇ ਇੱਕ ਦੋ ਨਵੇਂ ਮਰਕਬ ਬਣਾਏਗੀ ਆਪਣਾ ਵजूद ਖੋ ਦੇਣਗੇ ਦੋ ਨਵੇਂ ਮਰਕਬ ਬਣਾਏਗੀ ਉਹ ਮਰਕਬ ਹੋਣਗੇ ਫਾਸਫੋਰਿਕ ਐਸਿਡ ਔਰ ਅਮੋਨੀਅਮ ਸਲਫੇਟ ਇਹ ਦੋ ਮਰਕਬ ਜਿਹੜੇ ਨੇ ਇਹ ਜ਼ਮੀਨ ਦੇ ਵਿੱਚ ਜਦੋਂ ਆਪਾਸ਼ੀ ਦੇ ਥਰੂ ਜਾਣਗੇ ਉਹ ਕੀ ਕਰਨਗੇ ਅੱਗੇ ਜਾ ਕੇ ਉਹ ਉਹ ਵੀ ਮੈਂ ਆਪਣੇ ਜ਼ਿੰਮੇਦਾਰ ਭਾਈਆਂ ਨੂੰ ਦੱਸਾਂਗਾ ਕਿ ਫਾਸਫੋਰਿਕ ਐਸਿਡ ਜਦੋਂ ਤੁਸੀਂ ਆ ਆਪਾਸ਼ੀ ਜੋ ਤੁਸੀਂ ਕਰੋਗੇ ਆਪਾਸ਼ੀ ਦੇ ਥਰੂ ਤੁਹਾਡੀ ਜਾਏਗੀ ਜਾਏਗਾ ਖੇਤ ਦੇ ਵਿੱਚ ਖੇਤ ਦੇ ਵਿੱਚ ਜ਼ਮੀਨ ਆਪਣੀ ਅਸਾਸੀ ਹੈ ਹਰ ਜ਼ਿੰਮੇਦਾਰ ਨੂੰ ਪਤਾ ਹੈ ਪੀ ਐਚ ਲੈਵਲ ਜ਼ਿਆਦਾ ਹੈ ਉਹਦੇ ਵਿੱਚ ਅਸਾਸੀ ਜ਼ਮੀਨਾਂ ਦੇ ਵਿੱਚ ਆਮ ਜ਼ੁਬਾਨ ਦੇ ਵਿੱਚ ਕਹੀਏ ਤਾਂ ਚੂਨਾ ਕੀਮਿਆਈ ਜ਼ਬਾਨ ਦੇ ਵਿੱਚ ਨੂੰ ਅਗਰ ਕਵਾਂਗੇ ਤੇ ਕੈਲਸ਼ੀਅਮ ਕਾਰਬੋਨੇਟ ਬਸੀਬ ਮਿਕਦਾਰ ਦੇ ਵਿੱਚ ਪਾਇਆ ਜਾਂਦਾ ਹੈ ਆਪਣਾ ਫਾਸਫੋਰਿਕ ਐਸਿਡ ਜਿਸ ਟਾਈਮ ਕੈਲਸ਼ੀਅਮ ਕਾਰਬੋਨੇਟ ਦੇ ਨਾਲ ਜਾਂ ਚੂਨੇ ਦੇ ਨਾਲ ਕੀਮਿਆਈ ਅਮਲ ਕਰੇਗਾ ਤੇ ਉਹ ਬਣਾਏਗਾ ਮੋਨੋ ਕੈਲਸ਼ੀਅਮ ਫਾਸਫੇਟ ਮੋਨੋ ਕੈਲਸ਼ੀਅਮ ਫਾਸਫੇਟ ਬਿਲਕੁਲ ਹਲ ਪਜ਼ੀਰ ਨਹੀਂ ਹੈਗਾ ਅਗਰ ਹਲ ਪਜ਼ੀਰ ਹੈਗਾ ਵੀ ਥੋੜਾ 1 2% 4% ਹਲ ਪਜ਼ੀਰ ਇਹ ਪਾਣੀ ਦੇ ਵਿੱਚ ਹਲ ਨਹੀਂ ਹੋਏਗਾ ਇਹਦੇ ਮਰਕਬਾਤ ਜਿਹੜੇ ਹੋਣਗੇ ਇਹਦੇ ਜ਼ਰੇ ਜਿਹੜੇ ਹੋਣਗੇ ਉਹ ਪਾਣੀ ਦੇ ਸਤਾ ਦੇ ਵਿੱਚ ਪਾਣੀ ਦੀ ਸਤਾ ਦੀ ਤਹਿ ਵਿੱਚ ਬਹਿ ਜਾਣਗੇ ਇਸ ਤਰ੍ਹਾਂ ਤੁਹਾਡੀ ਜ਼ਮੀਨ ਦੇ ਜਿਹੜੇ ਮਸਾਮ ਨੇ ਉਹ ਬੰਦ ਹੋ ਜਾਣਗੇ ਔਰ ਪਾਣੀ ਖੜਾ ਹੋਣ ਲੱਗ ਪਏਗਾ ਦੂਸਰਾ ਮਰਕਬ ਬਣਾਇਆ ਅਮੋਨੀਅਮ ਸਲਫੇਟ ਅਮੋਨੀਅਮ ਸਲਫੇਟ ਜਿਸ ਟਾਈਮ ਆਪ ਪਾਸ਼ੀ ਦੇ ਥਰੂ ਜ਼ਮੀਨ ਦੇ ਵਿੱਚ ਜਾਏਗਾ ਇਹ ਦੋ ਮਰਕਬ ਬਣਾਏਗਾ ਅਮੋਨੀਅਮ ਹਾਈਡਰੋਕਸਾਈਡ ਔਰ ਗੰਧਕ ਦਾ ਤਜ਼ਾਬ ਗੰਧਕ ਦਾ ਤਜ਼ਾਬ ਜਿਸ ਟਾਈਮ ਕੈਲਸ਼ੀਅਮ ਦੇ ਨਾਲ ਕੀਮਿਆਈ ਅਮਲ ਕਰੇਗਾ ਕਿਉਂਕਿ ਕੈਲਸ਼ੀਅਮ ਤੁਹਾਨੂੰ ਦੱਸਿਆ ਪਹਿਲਾਂ ਹੀ ਕਿ ਜ਼ਮੀਨ ਦੇ ਵਿੱਚ ਮੌਜੂਦ ਹੁੰਦਾ ਹੈ ਜੋ ਕੈਲਸ਼ੀਅਮ ਕਾਰਬੋਨੇਟ ਗੰਧਕ ਦਾ ਤਾਜ਼ਾਬ ਕੈਲਸ਼ੀਅਮ ਕਾਰਬੋਨੇਟ ਦੇ ਨਾਲ ਕੀਮਿਆਈ ਅਮਲ ਕਰੇਗਾ ਆਪਾਸ਼ੀ ਦੇ ਥਰੂ ਤੇ ਉਹ ਬਣਾਏਗਾ ਜਿਪਸਮ ਤੇ ਜਿਪਸਮ ਜ਼ਮੀਨਦਾਰ ਭਾਈਆਂ ਨੂੰ ਪਤਾ ਹੈ ਕਿ ਜਿਪਸਮ ਜਿਹੜੀ ਹੈ ਇਹ ਵੀ ਬਿਲਕੁਲ ਹਲ ਪਜ਼ੀਰ ਨਹੀਂ ਹੁੰਦੀ ਇਹਦੇ ਜ਼ਰੇ ਵੀ ਜ਼ਮੀਨ ਦੀ ਤਹਿ ਦੇ ਵਿੱਚ ਬਹਿ ਜਾਣਗੇ ਇਸ ਤਰ੍ਹਾਂ ਜ਼ਮੀਨ ਦੇ ਜਿੰਨੇ ਵੀ ਮਸਾਮ ਹੋਣਗੇ ਜਿਹਦੇ ਥਰੂ ਪਾਣੀ ਅਜਿਵੇਂ ਜ਼ਮੀਨ ਜ਼ਮੀਨ ਦੀ ਸਤ੍ਹਾ ਤੋਂ نیچے ਜਾ ਸਕਦਾ ਵਾ ਉਹ ਬੰਦ ਹੋ ਜਾਏਗਾ ਔਰ ਐਂਡ ਤੱਕ ਤੁਹਾਡਾ ਪਾਣੀ ਦਾ ਮਸਲਾ ਹੱਲ ਹੋ ਜਾਏਗਾ ਇਹ ਸਾਡੀ ਅੱਜ ਦੀ ਮੁਖਸਰ ਜੀ ਵੀਡੀਓ ਸੀ ਜੀ ਅਗਰ ਮੇਰੇ ਜ਼ਿੰਮੇਦਾਰ ਭਾਈਆਂ ਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇ ਜਾਂ ਇਸ ਵੀਡੀਓ ਦੇ ਮਤਲਕ ਕਿਸੇ ਕਿਸਮ ਦਾ ਕੋਈ ਸਵਾਲ ਹੋਵੇ ਉਹ ਕਮੈਂਟਸ ਬਾਕਸ ਦੇ ਵਿੱਚ ਜਾ ਕੇ ਪੁੱਛ ਸਕਦਾ ਹੈ ਕਿ ਇਹ ਮਾਮਲਾ ਕਿਸ ਤਰ੍ਹਾਂ ਅਸੀਂ ਨੂੰ ਇੰਪਲੀਮੈਂਟ ਕਰ ਸਕਦੇ ਹਾਂ ਔਰ ਇਸ ਤੋਂ ਇਲਾਵਾ ਅਗਰ ਕਿਸੇ ਦੇ ਜ਼ਿੰਮੇਦਾਰ ਦਾ ਕੋਈ ਵੀ ਮਸਲਾ ਹੋਵੇ ਅਸੀਂ ਉਸ ਤੇ ਵੀਡੀਓ ਵੀ ਬਣਾ ਸਕਦੇ ਹਾਂ ਅਗਰ ਮੇਰੇ ਵੀਡੀਓ ਮੇਰੇ ਨਾਜ਼ਰੀਨ ਨੂੰ ਵੀਡੀਓ ਪਸੰਦ ਆਈ ਹੈ ਤਾਂ ਜ਼ਿਆਦਾ ਤੋਂ ਜ਼ਿਆਦਾ ਇਹਨੂੰ ਸ਼ੇਅਰ ਕਰੋ ਔਰ ਇਹਦਾ ਤੁਸੀਂ ਇੰਪਲੀਮੈਂਟ ਕਰਕੇ ਦੇਖੋ ਇਨਸ਼ਾਅੱਲਾ ਤੁਹਾਡੇ ਮਸਲੇ ਦਾ ਹੱਲ ਤੁਹਾਨੂੰ ਜ਼ਰੂਰ ਮਿਲੇਗਾ ਬਹੁਤ ਸ਼ੁਕਰੀਆ